ਰਹਾ ਜਿਸਮਾਂ ਤਫਰੀਕ ਨਾ ਹੋਇਆ, ਜਿਸਮਾਂ ਨਫ਼ਰਤ ਕੀ ਬਣਾਉਣ ਵਾਲਾ। ਲੇਕਿਨ ਆਸਤੇ ਆਸਤੇ ਲੋਕਾਂ ਨੇ ਜਿਹੜਾ ਇਹ ਸਿਸਟਮ ਜਿਸ ਛੋਟਾ ਮੋਟਾ ਇਹ ਸਰਾ ਗਲਤ ਕਾਰੀ ਨੇ ਤੀ ਇਹ ਖਤਮ ਕਰ ਮਤਲਬ ਡਾਂਗਬਾਜ਼ੀ ਖਤਮ ਹੋ ਡਾਂਗਬਾਜ਼ੀ ਟੋਟਲ ਤਕਰੀਬਨ ਇਨਸ਼ਾਅੱਲਾ। ਅਗਰ ਇਸ ਵਕਤ ਵੀ ਜਨਾਬ ਆਲਾ ਮਾਰਾ ਮੈਂ ਇੱਕ ਗੋਜਰ ਬਰਾਦਰੀ ਮੈਂ ਸਭ ਤੋਂ ਬੜੋ ਇੱਕ ਚੀਜ਼ ਅੱਜ ਵੀ ਹੈ ਮੌਜੂਦ ਹੋਣ ਤੁਹਾਨੂੰ ਦੱਸੋ, ਜਾਂ ਸ਼ਾਇਦ ਕਿਸੇ ਬਰਾਦਰੀ ਮੈਂ ਨਹੀਂ ਹੈ ਮਾਰਾ। ਮੈਂ ਅਗਰ ਕਿਸੇ ਬੰਦਾ ਕੀ ਲੜਾਈ ਹੋ ਗਈ ਗ੍ਰਾਮ ਆ, ਲੜਾਈ ਆਪਸ ਮੈਂ ਹੋਤੀ ਰਹਿਣਾ, ਬੰਨਾ ਲੜਾਈ ਹੋ ਗਈ। ਲੇਕਿਨ ਮਹਾਰਾ ਮੈਂ ਸਭ ਤੋਂ ਬੜੀ ਖੂਬੀ ਹੈ, ਔਰ ਹਰ ਹਰ ਮਿਸਾਲ ਹਰ ਕਬੀਲਾ ਤੋਂ ਬਿਹਤਰ ਖੂਬੀ ਹੈ ਕਿ ਮਹਾਰਾ ਜਿਹੜਾ ਮੁਨਸਿਫ ਹੈ ਅੱਛਾ ਮੁਨਸਿਫ ਵੀ ਮੈਂ ਔਰ ਨਹੀਂ ਵੀ ਅੱਛਾ ਹੁੰਦਾ ਕਹੀਂ, ਲੇਕਿਨ ਅੱਛਾ ਮੁਨਸਿਫ ਜਿਹੜਾ ਹੈ ਜਦੋਂ ਨਹੀਂ ਅੱਛਾ ਮੁਨਸਿਫ ਨੇ ਚੱਲਣ ਵੀ ਨਹੀਂ ਦਿੱਤਾ, ਉਹਨੇ ਚੱਲਣ ਵੀ ਅੱਛਾ ਮੁਨਸਿਫ ਹੈ ਬਹਿਸ ਕਰ ਕੇ ਕਰੇ ਉਸ ਬਹਿਸ ਕਾ ਉਹਨਾਂ ਕੰਪਰੋਮਾਈਜ਼ ਕਰਕੇ ਫੈਸਲੋ ਕਰਾ। ਮੁਕੱਦਮ ਹੈ ਜੀ, ਮੁਕੱਦਮ ਅਜਾ ਵੀ ਜੇ ਕੋਈ ਬਰਾਦਰੀ ਮਾਂਦਰਾ ਥਾਰੀ ਬੜੀ ਨਜ਼ਰ ਹੈ ਦੂਰ ਤੱਕ। ਹਾਂ ਦੇਖੋ ਜੀ, ਮੁਕੱਦਮ ਹੈ ਅਜਾ ਵੀ, ਦੇਖੋ ਫੈਸਲੋ ਕਰਨ ਵਾਲਾ, ਫੈਸਲੋ ਕਰਨ ਵਾਲਾ ਮੁਕੱਦਮ ਹੈ। ਜਿਹੜੀ ਗੱਲ ਥਾਰੀ ਹੈ ਵਾਹ ਮੁਕੱਦਮ ਇਹ ਆਈਆਂ 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 ਜਿਹੜੀ ਵਾਹ ਗੱਲ ਜਿਹੜੀ ਤਮ ਕਿ ਲਗਾ ਵੀ ਨਾ, ਜਿਹੜੀ ਕਿ ਜਿਸ ਜਿਹੜਾ ਮਹਾਰਾਜਾ ਕੋ ਦੌਰ ਤੋਂ ਆਈਆਂ ਵੀ ਹੈ ਉਸ ਕੈ ਵਿੱਚ ਹੈ। ਮਾਰਾ ਮੁਲਕ ਮੈਂ ਡੈਮੋਕ੍ਰੇਸੀ ਦੇ ਆ ਗਈ ਹੈ, ਵੋਟ ਕੋ ਹੱਕਦਾਰ ਵੀ ਬਣ ਗਿਆ। ਲੇਕਿਨ ਕੁਝ ਐਸਾ ਵਿੰਗ ਹੈ, ਵਿੰਗ ਇਸ ਕਿਸਮ ਦਾ ਜਿਸ ਮਿਸਾਲ ਦਾ ਤੌਰ ਸਰਪੰਚ ਹੋ ਗਿਓ, ਚੌਕੀਦਾਰ ਹੋ ਗਿਓ, ਨੰਬਰਦਾਰ ਹੋ ਗਿਓ, ਇਸ ਕਿਸਮ ਦਾ ਲੋਕ ਹੈ ਜਿਹੜਾ ਹਾਲੇ ਕਿ ਉਪਲੀ ਸਤਾ ਦਾ ਭਾਣੇ ਨਾ ਨੰਬਰਦਾਰ ਕਿਸੇ ਕੰਮ ਕੋਲ, ਨਾ ਸਰਪੰਚ ਕਿਸੇ, ਨਾ ਮੈਂਬਰ ਕੰਮ ਕੋਲ, ਲੇਕਿਨ ਉਪਲੀ ਸਤਾ ਨਾਲ ਨਹੀਂ ਪਤ ਹੋਈ। ਔਰ ਇਸ ਸਤਾ ਦੀ ਗੱਲ ਇਹ ਹੈ ਕਿ ਇਹ ਲੋਕ ਜਿਹੜਾ ਨੰਬਰਦਾਰ ਹੈ, ਚੌਕੀਦਾਰ ਹੈ, ਮੈਂਬਰ ਹੈ, ਇਹਨਾਂ ਕੋ ਦਬਾਓ ਜਨਾਬ ਵਾਲਾ ਬਾਦਸਤੂਰ ਜਣੇ। ਅਗਰ 100% ਨਹੀਂ ਹੈ ਤਾਂ 80-90% ਵੀ ਨਹੀਂ ਹੈ ਤਾਂ 50% ਹੈ ਆਵਾਮ ਦੇ ਉੱਪਰ। ਹਾਂ, ਔਰ ਇੱਕ ਚੀਜ਼ ਅੱਜ ਖੁੱਲ੍ਹ ਗਿਆ ਕਹਿ ਸਕੋ, ਮੇਰਾ ਕਿਸੇ ਕੋਲ ਡਰ ਨਹੀਂ, ਹਾਲੇ ਕਿ ਮਾਰਾ ਘਰ ਮੈਂ ਖੁਦ ਨੰਬਰਦਾਰੀ ਵੀ ਹੈ, ਐਸੀ ਬਾਤ ਮੇਰਾ ਕਿਸੇ ਨਾਲ ਬੈਰ ਨਹੀਂ ਹੈ, ਨਾ ਉਹ ਕਿਸੇ ਨਾ ਕਿਸੇ ਦੇ ਖਿਲਾਫ ਹਾਂ, ਹੁਣ ਕਿਸੇ ਸਰਪੰਚ ਦਾ ਖਿਲਾਫ ਨਹੀਂ, ਉਹ ਖੁਦ ਸਰਪੰਚ ਨੇ ਉਹ ਸੇਵਾ ਕਰ ਤੁਰੇ ਲੋਕਾਂ ਦੀ। ਲੇਕਿਨ ਇੱਕ ਚੀਜ਼ ਨੂੰ ਅੱਜ ਗੌਰਮੈਂਟ ਨਾ ਮਹਿਬੂਬਾ ਮੁਫਤੀ ਤੱਕ ਕਹਿ ਸ਼ੁਰੂ, ਮੈਂ ਇੱਕ ਲੈਟਰ ਵੀ ਦਿੱਤੋ ਉੱਥੋਂ, ਜਿਹੜੀ ਇੱਕ ਸੱਚੀ ਗੱਲ ਕਰਨੀ ਚਾਹੀਏ ਥਾਰਾ ਸਾਹਿਬ, ਮੈਂ ਇੱਕ ਲੈਟਰ ਜਾਰੀ ਕੀ ਉੱਥੋਂ ਕਿ ਮਾਰਾ ਜਿਹੜੀ ਮਿਸਾਲ ਗਾ ਤੋਂ ਜੰਮੂ ਕਸ਼ਮੀਰ ਮਾਂ ਕੁਛ ਇੱਕ ਮਹਾਰਾਜਾ ਉਹ ਅਸਰ ਹੈ ਆਈਆਂ, ਔਰ ਸਰਪੰਚ ਵੀ ਜਦੋਂ ਇਲੈਕਸ਼ਨ ਵੈ 5 ਸਾਲ ਚੁਣੇਗਾ, 5 ਸਾਲ ਤੋਂ ਬਾਅਦ ਆਪਣੇ ਘਰ ਚਲੇ ਜਾਓ ਜਾਂ ਕੰਮ ਕੀ ਉਹਦੇ ਰਹਿ ਜਾਓ, ਮੈਂਬਰ ਵੀ ਚਲ। ਲੇਕਿਨ ਇੱਕ ਚੀਜ਼ ਨੂੰ ਇਹ ਖੁੱਲ੍ਹ ਗਿਆ ਕੂਲ ਲੋਕ, ਮੇਰਾ ਕਿਸੇ ਚੀਜ਼ ਕੀ ਅੱਲਾ ਕੋ ਡਰ ਹੈ ਜਾਂ ਕਿਸੇ ਕੋ ਡਰ ਕੇ ਚੀਜ਼, ਇਹ ਸਮਾਜ ਕੀ ਚੀਜ਼ ਹੈ ਕਿ ਨੰਬਰਦਾਰੀ ਜਿਹੜੀ ਹੈ ਇਸ ਕੋ ਇਲੈਕਸ਼ਨ ਮਹਿਬੂਬਾ ਮੁਫਤੀ ਅਗਰ ਕਰਾ ਛੋੜਿਆ, ਇਸ ਨਾਲ ਉਹ ਮੰਨੂਗੋ ਤਾਕਤ ਹੈ, ਇਸ ਨੇ ਜਾਂ ਉਹ ਤਾਕਤ ਸਮਝੂ ਜਿਹੜਾ ਇਲੈਕਸ਼ਨ ਨੰਬਰਦਾਰ ਗੋ ਪੰਜ ਇਲੈਕਟਿਡ ਹੋਣਾ ਚਾਹੀਏ 5 ਸਾਲ, ਇਸ ਲਈ ਕੀ ਕਰੇ ਨੰਬਰਦਾਰ ਨੋਮੀਨੇਟਿਡ ਹੈ, ਇਸ ਲਈ ਨਾਮ ਦੇਖੋ ਨੰਬਰਦਾਰ ਬਣ ਗਿਓ, ਅਗਰ ਕਿਸੇ ਨੇ ਉਸ ਕਾ ਖਿਲਾਫ ਕਿਹਾ ਤਾਂ ਕੋਈ ਇਲੈਕਸ਼ਨ, ਬਟ ਇਲੈਕਸ਼ਨ ਇਸ ਕੋ ਹੋ ਨਹੀਂ ਸਕੋ, ਨਾ ਕੋ ਕਰਵਾਉਣ ਦੀ ਤਾਕਤ ਹੀ, ਕਿਸੇ ਮਾਸੂਮ ਆਦਮੀ ਕਿਹੜਾ ਕਰਾਵਾਓ, ਉਹ ਤਾਂ ਦੱਬੇ ਵੀ ਹੈ ਤੁਹਾਡੀ ਕਾ ਕਪ ਹੈ ਉਹਦੇ ਜੇਕੂ ਕਰਾਓ। ਲੇਕਿਨ ਮਹਿਬੂਬਾ ਮੁਫਤੀ ਮੈਂ ਲਿਖਿਆ ਵੀ ਦਿੱਤੋ ਤੋ ਗਵਰਨਰ ਤੱਕ ਮੈਂ ਭੇਜੇ ਤੋ, ਲੇਕਿਨ ਮੇਰੀ ਕੌਣ ਸੁਣੇ, ਦੇਖੋ ਨਾ ਮੇਰੀ ਕੌਣ ਸੁਣਿਆ ਥਰਡ ਪਰਸਨ। ਔਰ ਅਗਰ ਇਸ ਚੀਜ਼ ਦਾ ਬਾਰਾ ਮਾਂ ਮਹਿਬੂਬਾ ਅਗਰ ਨੰਬਰਦਾਰ ਉਹ ਨਹੀਂ ਕਹਿ ਤੋ ਨੰਬਰਦਾਰੀ ਤੋੜੋ, ਇਲੈਕਸ਼ਨ ਕਰਾਓ ਤਾਂ ਕਿ ਇਲੈਕਸ਼ਨ ਗੈਪ ਵਿੱਚ ਫਿਰ ਲੋਕ ਆਤਾ ਰਹੇ, ਔਰ ਲੋਕਾਂ ਤੱਕ ਇੱਕ ਆਸ ਟਿਗੀ ਰਹਿ ਕੇ ਲੋਕਾਂ ਤੱਕ ਆਸ ਟਿਗੀ ਰਹਿ ਤਾਂ ਕਿ ਵੇ ਉਹਨਾਂ ਕੋਲ ਕੰਮ ਜਿਹੜੋ ਸਿਕਾਸ਼ਾ ਕਪਾਣੋ ਜਾਈਓ, ਇਸ ਤਰ੍ਹਾਂ ਦਬਾਓ ਜੋ ਕੁਛ ਛੋੜੇ, ਜਾਂ ਮੇਰੀ ਖੁੱਲ੍ਹੀ ਗੱਲ ਹੈ ਜਾਂ ਉਹ ਬੜੀ ਵੱਡਾ ਸਟੇਜਾਂ ਤੋਂ ਕਹਿ ਚਾਹ ਤੋ ਜੀ। ਅੱਛਾ, ਪੀਰ ਪ੍ਰਸਤੀ ਹੈ ਜੀ, ਜੀ ਪੀਰ ਪ੍ਰਸਤੀ, ਹਾਂ ਦੇਖੋ ਜੀ, ਤਾਂ ਹੁਣ ਇਹ ਗੱਲ ਇਹ ਕੀ ਹੈ ਕਿ ਪੀਰ ਪ੍ਰਸਤੀ ਗੱਲ ਇਹ ਹੈ ਕਿ ਮਾਰੀ ਕੌਮ ਜਿਹੜੀ ਸੀ ਪੀਰ ਪ੍ਰਸਤੀ ਕਰੈ ਬੈਠੀ। ਅਈਆਂ ਵੀ ਇੱਕ ਚੀਜ਼ ਹੂੰ ਇਤ ਖੁੱਲ੍ਹ ਗਿਆ ਨਹੀਂ ਕਹਿ ਸਕਤੋ, ਲੇਕਿਨ ਇੱਕ ਚੀਜ਼ ਦੱਸੂ ਕਿ ਹਜ਼ੂਰ ਅਕਰਮ ਸੱਲਾ ਸਲਮ ਸੱਜਾਦ ਸੈਯਦ ਜਿਹੜੋ ਹੈ ਇਸ ਕੋ ਐਤਰਾਮ ਜਿਹੜੋ ਹੈ ਜੋ ਪਹਿਲਾਂ ਗੁੱਜਰ ਨੇ ਕੀ ਹੋਇਆ, ਪਹਿਲਾਂ ਐਤਰਾਮ ਗੁੱਜਰ ਕਰੈ। ਤੂੰ ਪੁੱਛ ਲਵੋ ਕਿ ਮਤਲਬ ਲੋਕਾਂ ਮੈਂ ਬੈਠੋ ਨਾ ਕਿ ਪੀਰ ਸਾਹਿਬ ਆ ਗਏ, ਬਾਜੀ ਸਾਹਿਬ ਆ ਗਏ, ਕਸ਼ਮੀਰੋਂ ਆ ਗਏ, ਫਲਾਣੀ ਜਗ੍ਹਾ ਤੋਂ ਆ ਗਏ, ਕੁਛ ਇਸ ਤਰ੍ਹਾਂ ਉਹ ਸਿਸਟਮ ਅਜਾ ਹੈ। ਦੇਖੋ ਜਨਾਬ, ਲੋਕਾਂ ਮਾ ਹੈ ਭੰਡਾਰਾ ਦੇਣਾ, ਵੇ ਪੁਰਾਣੀ ਰਸਮ ਜਿਹੜੀ ਹੈ ਵੇ ਜਨਾਬ ਵਾਲਾ ਗੱਲ ਆ ਕਿ ਖਤਮਾਤ ਸ਼ਰੀਫ ਜਿਹੜਾ ਵੇ ਜਿਸ ਤਰ੍ਹਾਂ ਪੁਰਾਣਾ ਮਾਰਾ ਲੋਕ ਥਾ ਵੇ ਉਸੇ ਤਰ੍ਹਾਂ ਪੜੇ, ਜਿਸ ਤਰ੍ਹਾਂ ਪੁਰਾਣੀ ਰਵਾਇਤ ਥੀ ਦੀਨ ਗੀ ਵੇ ਜਿਹੜੀ ਹੈ ਪੂਰੀ ਕਰੇ, ਔਰ ਵਾਹ ਪੀਰ ਮਰੀਦੀ ਨਹੀਂ ਅੱਜ ਰਹੀ ਕਿ ਮਿਸਾਲ ਤੌਰ ਇੱਕ ਕੋਈ ਜਾਦੂਗਰ ਆ ਗਿਆ ਉਸ ਅੱਗੇ ਲੰਮਾ ਪੈ ਰਿਹਾ ਸਾਰਾ ਪੈਸਾ ਲੈ ਰਿਹਾ, ਨਹੀਂ ਉਸ ਨਾ ਮੰਨੇ ਜਰਮੀਆ ਸਾਹਿਬ ਹੈ ਉਹਨਾਂ ਨੂੰ, ਇਸੇ ਤਰ੍ਹਾਂ ਦਾ ਜਿਹੜਾ ਅੱਲਾ ਕਾ ਵਲੀ ਹੈ ਜਿਸ ਤਰ੍ਹਾਂ ਸਾਈਂ ਮੀਰਾ ਸਾਹਿਬ ਥਾ, ਇਸ ਤਰ੍ਹਾਂ ਦਾ ਜਿਹੜਾ ਅੱਲਾ ਕਾ ਵਲੀ ਹੈ ਉਹਨਾਂ ਨਾਲ ਦਿਲ ਨਾਲ ਲਾਵੇ ਔਰ ਪਿਆਰ ਡਾਡੋ ਕਰੇ। ਦੂਜੋ ਵਿਆਹ ਹੈ ਜੀ, ਕਰੇ ਵਿੱਚੋਂ ਵਿੱਚੋਂ ਦੂਜੋ ਵਿਆਹ ਬੋ ਕਿਤੇ ਗਏ, ਕਿਸੇ ਨਾਲ ਮੁਸੀਬਤ ਪੈ ਗਈ, ਕੋਈ ਇਸ ਕਿਸਮ ਦੀ ਪੈ ਗਈ ਤਾਂ ਕਰਾ, ਲੇਕਿਨ ਵਾਹ ਪਹਿਲੋ ਹੀ ਵਿਆਹ ਜਿਹੜਾ ਉਹ ਉਸੇ ਉਹ ਖਰਚੋ ਜਿਹੜਾ ਨਹੀਂ ਨਹੀਂ ਉਹ ਜਿਹੜਾ ਪੂਰਾ ਹੋ ਸਕਦਾ ਤਾਂ ਦੂਜਾ ਵਿਆਹ ਤਾਂ ਕੌਣ ਕਰਾ, ਬਹੁਤ ਖਤਮ ਹੈ। ਸੂਦਖੋਰੀ ਜੀ ਹੈ, ਸੂਦਖੋਰੀ ਵੀ ਖਤਮ ਹੈ, ਵਾਹ ਚੀਜ਼ ਵੀ ਨਹੀਂ ਹੈ, ਬਿਲਕੁਲ ਟੋਟਲੀ ਖਤਮ ਹੋ ਗਈ। ਅੱਛਾ, ਆਹ
अगर तुमने जीन की साखत करनी है तो पेड़ बकरी मैस ये चीज जड़ी जब जिस वक्त तुम ये छोड़ गया तो दूध की तुला पैगो अगर कोई चीज दूध नहीं तो फिर बाकी खाएगा के तुम नहीं कब पिएगा मैस जड़ी है बकरी या सामे लोग लेकिन कुछ लोग जड़ा इस चीज तू सुसाइड वर लेकिन उन्होंने भी मेरे एक पैगाम है यो कि इस तू जड़े जड़ा इस तो इनकार नहीं होना ये जरूरी है सामने और मेरी जितनी माँ है बहन है मेरी बच्चियाँ बराबर हैं यह खुश खुशी नाल जड़ी है मैस सामने चाहिए और मैस जड़ी है मैस तो फकीरी लभी हुई है मैस तो फकीरी लभी हुई इस तरह जनाब वाला कि जो गुजरत हो सब तो पहली चीज़ है गुजरना फकीरी मैस को लभी है जिस तरह अज के फला जो कुछ हो रहे हो है मैस तो और गां तो इन्ना जानवरों तो इस तरह फकीरी लभी हुई है कि मैस जिस वक्त वैथी तो गुजर इतनो सामा वैथो कि अपना तन अना नहीं तक्या वैथो मैस की इस तरह तेल लागा मालिश करे और गोलड़ी जड़ी पै वैथी ना उस गोलड़ी में इस तरह पड़ा आ लम्मो पै गया और कुछ बुजुर्गों की और मारा वलियां की ऐसी जने वली जड़ा बने वे रुड़े में था ऐसा गोलड़ी वो गोलड़ी में रुड़े में था कि मेरी मैस ना कोई तकलीफ ना हो जाए और गुजर ना फकीरी मैस को लभी या एक बात है यार सच्ची बात है यार हाँ गुजर ना फकीरी हूं तो जागला मेरे तो इंशाला मेरी कौम का भी तो अल्लाह का वली जड़ा है जरा पौनाड़ का सैगंजी वे जागले और जरा जरा इंशाला जरा जागला में जड़ा है फकीर है ऐसी बात नहीं और जागला में आई मतलब मैस ना कायम रखो मैस ना कायम रखो बहुत बहुत शुक्रिया तुम हमारा इस प्रोग्राम में तशरीफ लाया और इतनी खूबसूरत गल की तो पता ही नहीं चली उसे कि उस ना काफ़ी टाइम हो गया हमारी गपशप में तो बहुत मज़ा आया और जानकारी हासिल की थारी बहुत बहुत शुक्रिया सब तो अच्छा जनाब तुमने शुक्रिया हूँ थारो शुक्रिया लख लख अदा करूँ कि तम जड़ा निचलो तबको जो तीसरो तबका का नाल जिस तरह ज्वाइंट हो सारा के नाल नहीं सारा नहीं नहीं उपला नाल तो चलो सारा नाल या बड़ी खुशी है इस चीज़ की खुशी जड़ी है हमारा दिल में और अल्लाह हम यह दवा करा था हमारा छोटा बच्चा का बराबर है हमारी उम्र 70 का साल करीब है और हम हर उस बंदा ना दवा दिया लगा भी एक बुजुर्ग आदमी होता कि या अल्लाह इन्होंने होर तरक्की दे और थारा जिसा ना खासकर मेरे अल्लाह होर मेहनत करगी ताकत दे और तम फलया फुलया शुक्रिया शुक्रिया नाजरीन ये था नक्का मंजाड़ी मेंढरगा मोहम्मद शफी साहब मोहम्मद शफी जागल साहब ये मेरे नाल आज मौजूद रहा तुमने देखियो कितनी दिलचस्प गल की एक आम सतह के उपरों लोग किस तरह देखें अपना अफसरां ना अपना लीडरां ना अपना कबीला का लोगों ना जिहड़ा अगे बधिया है इस बारे जानकारी हमने हासिल की जनाब मोहम्मद शफी जागल साहब कोलों बहुत दिलचस्प इंटरव्यू जो है वो रो है मेरी जो प्रोग्राम में जो इंटरव्यू है उसमें एक अच्छा इंटरव्यू यो भी शामिल हुए है नाजरीन इसके नाल ही महाराज का प्रोग्राम को वेलो मुक्के कैमरामैन दीपक ते ऑनलाइन एडिटर लवली कुमार नाल दियो इजाजत रब रखो चढ़ो चैत चे तो तेरो नहीं पुल तो तेरी कसम बेसाख बेसारे